ਜਿਹੜੇ ਇਹ ਜਿੰਨੇ ਬਦਮਾਸ਼ ਗੁੰਡੇ ਜਿੰਨਾ ਮੈਂ ਇਹਨਾਂ ਨੂੰ ਕਹਿ ਲਵਾਂ, ਇਹਨਾਂ ਦੀਆਂ ਫੋਟੋਆਂ ਤੁਸੀਂ ਇਹਨਾਂ ਤੋਂ ਡਰਦੇ ਅਜਾਇਬ ਘਰਾਂ, ਪਰ ਅੱਜ ਤੁਸੀਂ ਇਹ ਜਿਹੜੇ ਫੌਜੀ ਸ਼ਹੀਦ ਨੇ ਇਹਨਾਂ ਦਾ ਪੱਖਪਾਤ ਕਿਉਂ ਕਰਦੇ ਹੋ? ਇਹ ਸਿੱਖ ਨਹੀਂ ਗਏ, ਇਹਨਾਂ ਦਾ ਹੱਕ ਨਹੀਂ ਬਣਦਾ ਅਜਾਇਬ ਘਰ ਫੋਟੋ ਲੱਗੇ? ਤੁਹਾਡੀ ਰਕਸ਼ਾ ਮੈਂ ਤਾਂ ਕਹਿ ਰਿਹਾ ਵੀ ਜਥੇਦਾਰ ਸਾਹਿਬ, ਤੁਸੀਂ ਐਸ ਜੀ ਪੀ ਦੇ ਪ੍ਰਧਾਨ ਜਾਂ ਜਿੰਨੇ ਵੀ ਜਿਹੜੇ ਖਾਲਿਸਤਾਨ ਦੀ ਜਾਂ ਇਹਨਾਂ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਤੁਹਾਡੀ ਬਚਾਉਣ ਵਾਲੇ ਇਹ ਫੌਜੀ ਨੇ, ਨਹੀਂ ਤੁਹਾਨੂੰ ਚੱਕ ਕੇ ਲੈ ਜਾਣ ਪਾਕਿਸਤਾਨ ਵਾਲੇ ਅਤੇ ਚਾਈਨਾ ਵਾਲੇ ਜੇ ਇਹ ਨਾ ਹੋਣ। ਚਾਹੇ ਉਹ ਐਸ ਜੀ ਪੀ ਸੀ ਦੇ ਪ੍ਰਧਾਨ ਹੋਣ, ਚਾਹੇ ਹੋਰ ਹੋਣ, ਚਾਹੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ, ਚਾਹੇ ਅੱਜ ਮੈਨੂੰ ਇਹ ਮੈਂ ਜ਼ਰੂਰ ਪੁੱਛਦਾ ਵੀ ਜਿਹੜੇ ਇਹੀ ਪਾਕਿਸਤਾਨ ਇਹੀ ਚਾਈਨਾ ਇਹ ਐਸੇ ਭੁੱਖੇ ਭੇੜੀਏ ਆ ਨਾ, ਜੇ ਆਪਣੇ ਆ ਫੌਜੀ ਇਹ ਇਹ ਹਰੀ ਵਰਦੀ ਵਾਲੇ ਇਹ ਆਪਣੇ ਜਿਹੜੇ ਨਾ ਖੜੇ ਹੋਣ ਬਾਰਡਰਾਂ 'ਤੇ ਚਾਈਨਾ ਅਤੇ ਪਾਕਿਸਤਾਨ ਵਰਗਾ ਖਾ ਜਾਣ। ਇਹੀ ਨੇ ਪੰਜਾਬੀ, ਇਹੀ ਨੇ ਸਾਡੇ ਫੌਜੀ ਜਿਹੜੇ ਪੰਜਾਬ ਨੂੰ ਪਾਕਿਸਤਾਨ ਤੋਂ ਅਤੇ ਚਾਈਨਾ ਤੋਂ ਬਚਾ ਕੇ ਰੱਖ ਗਿਆ। ਪਰ ਤੁਸੀਂ ਇੱਕ ਗੱਲ ਦਾ ਮੈਨੂੰ ਅੱਜ ਦੁੱਖ ਇਹ ਆ ਵੀ ਨਾ ਐਸ ਜੀ ਪੀ ਸੀ ਦਾ ਪ੍ਰਧਾਨ, ਨਾ ਕੱਲ ਤਖ਼ਤ ਸਾਹਿਬ ਦੇ ਜਥੇਦਾਰ, ਨਾ ਹੋਰ ਕੋਈ ਜਿਹੜੇ ਬੜੇ ਬੜੇ ਖਾਲਿਸਤਾਨੀਆਂ ਦੇ ਅੰਮ੍ਰਿਤਪਾਲ ਦੇ ਆ ਬਿਆਨ ਹੋਣ, ਅਜੇ ਹੁਣ ਉਹਨਾਂ ਦੀ ਵਾਈਫ ਨੂੰ ਏਅਰਪੋਰਟ 'ਤੇ ਰੋਕ ਲਿਆ ਜੀ, ਬੜੀਆਂ ਬੜੀਆਂ ਗੱਲਾਂ ਕਹਿਣਗੇ। ਤੁਸੀਂ ਦੇਸ਼ ਨੂੰ ਜਿਹੜਾ ਖਤਮ ਕਰਨ ਵਾਲੇ ਨੇ, ਜਿਹੜੇ ਚਾਰ ਡਿਬਰੂਗੜ੍ਹ ਗਏ ਨੇ, ਉਹਨਾਂ ਦੇ ਪਿੱਛੇ ਤਾਂ ਰੋਜ਼ ਤੁਹਾਨੂੰ ਵਕੀਲਾਂ ਦੀਆਂ ਲਾਈਨਾਂ ਤੁਸੀਂ ਲਾਉਂਦੇ ਹੋ, ਉਹਨਾਂ ਦੇ ਪਿੱਛੇ ਤੁਸੀਂ ਕਰੋੜਾਂ ਰੁਪਈਆ ਖਰਚ ਕਰਦੇ ਹੋ, ਬੰਦੀ ਸਿੱਖਾਂ ਨੂੰ ਕਰੋੜਾਂ ਰੁਪਈਆਂ ਦੇ ਵਕੀਲ ਤੁਸੀਂ ਲਾ ਦਿੰਦੇ ਹੋ, ਲੋਕਾਂ ਦਾ ਪੈਸਾ ਨਾ। ਅਤੇ ਹਰ ਪਿੰਡ ਦੇ ਵਿੱਚ ਇਹ ਜਿਹੜੇ ਸ਼ਹੀਦ ਬੈਠੇ ਆ ਫੌਜੀ, ਇਹ ਹਰ ਪਿੰਡ 'ਚ ਜਿਹੜੇ ਸ਼ਹੀਦ ਸ਼ਹਾਦਤਾਂ ਦੇ ਕੇ ਆਉਂਦੇ ਆ, ਤੁਹਾਡੀ ਰਕਸ਼ਾ ਮੈਂ ਤਾਂ ਕਹਿ ਰਿਹਾ ਵੀ ਜਥੇਦਾਰ ਸਾਹਿਬ, ਤੁਸੀਂ ਐਸ ਜੀ ਪੀ ਦੇ ਪ੍ਰਧਾਨ ਜਾਂ ਜਿੰਨੇ ਵੀ ਜਿਹੜੇ ਖਾਲਿਸਤਾਨ ਦੀ ਜਾਂ ਇਹਨਾਂ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਤੁਹਾਡੀ ਬਚਾਉਣ ਵਾਲੇ ਇਹ ਫੌਜੀ ਨੇ, ਨਹੀਂ ਤੁਹਾਨੂੰ ਚੱਕ ਕੇ ਲੈ ਜਾਣ ਪਾਕਿਸਤਾਨ ਵਾਲੇ ਅਤੇ ਚਾਈਨਾ ਵਾਲੇ ਜੇ ਇਹ ਨਾ ਹੋਣ। ਪਰ ਤੁਸੀਂ ਇਹ ਪੱਖਪਾਤ ਕਿਉਂ ਕਰਦੇ ਹੋ? ਤੁਸੀਂ ਜਿਹੜੇ ਦੇਸ਼ ਦੇ ਦੁਸ਼ਮਣ ਜਿਹੜੇ ਭਰਾ ਮਾਰੂ ਪੰਜਾਬ ਅਤੇ ਪੰਜਾਬੀਆਂ ਨੂੰ ਮਾਰਦੇ ਆ, ਉਹਨਾਂ ਦੀਆਂ ਤੁਸੀਂ ਫੋਟੋਆਂ, ਜਿਹੜੇ ਇਹ ਜਿੰਨੇ ਬਦਮਾਸ਼ ਗੁੰਡੇ ਜਿੰਨਾ ਮੈਂ ਇਹਨਾਂ ਨੂੰ ਕਹਿ ਲਵਾਂ, ਇਹਨਾਂ ਦੀਆਂ ਫੋਟੋਆਂ ਤੁਸੀਂ ਇਹਨਾਂ ਤੋਂ ਡਰਦੇ ਅਜਾਇਬ ਘਰਾਂ 'ਚ, ਅਸੀਂ ਆਹ ਅਜਾਇਬ ਘਰ 'ਚ ਫਲਾਨੇ ਟੈਰਸ ਦੀ ਫੋਟੋ ਲਾ ਰਹੇ ਹਾਂ, ਆਹ ਤੁਸੀਂ ਜੀ ਫਲਾਨੇ ਅਜਾਇਬ ਘਰ 'ਚ ਫਲਾਨੇ ਦੀ ਫੋਟੋ ਲਾ ਰਹੇ ਹਾਂ, ਤਰੀਕ ਦੇ ਰਹੇ ਤਾਂ ਵਿੱਚੀ ਬਾਦਲ ਸਾਹਿਬ ਹੁਣੀ ਹੁੰਦੇ ਆ, ਡਰਦੇ ਸਿਰਫ। ਪਰ ਅੱਜ ਤੁਸੀਂ ਇਹ ਜਿਹੜੇ ਫੌਜੀ ਸ਼ਹੀਦ ਨੇ ਇਹਨਾਂ ਦਾ ਪੱਖਪਾਤ ਕਿਉਂ ਕਰਦੇ ਹੋ? ਇਹ ਸਿੱਖ ਨਹੀਂ ਗਏ, ਇਹਨਾਂ ਦਾ ਹੱਕ ਨਹੀਂ ਬਣਦਾ ਅਜਾਇਬ ਘਰ 'ਚ ਫੋਟੋ ਲੱਗੇ ਇਹਨਾਂ ਦੀ? ਇਹਨਾਂ ਦਾ ਹੱਕ ਨਹੀਂ ਗਾ ਵੀ ਐਸ ਜੀ ਪੀ ਸੀ ਵਾਲੇ ਇਹਨਾਂ ਦੇ ਬੱਚਿਆਂ ਦੀ ਮਦਦ ਕਰਨ, ਚੰਗੇ ਤੋਂ ਚੰਗੇ ਪੜ੍ਹਾਈ ਦੇਣ, ਸਰਕਾਰ ਕਰੂਗੀ। ਪਰ ਤੁਸੀਂ ਵੀ ਦੇਸ਼ ਦੇ ਹਿੱਸੇ ਹੋ ਨਾ, ਤੁਹਾਡੇ ਕੋਲ ਵੀ ਲੋਕਾਂ ਦਾ ਪੈਸਾ ਆਉਂਦਾ ਨਾ, ਕਿਉਂ ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਕਿਉਂ ਨਾ ਮਿਲਣ ਜੀ, ਇਹਨਾਂ ਦੇ ਕਿਉਂ ਨਾ ਤੁਸੀਂ ਅਫਸੋਸ ਕਰੋ ਜਾ ਕੇ? ਇਹ ਨਹੀਂ ਅਸੀਂ ਤਾਂ ਕਰਾਂਗੇ ਕਰਾਂਗੇ ਜੋ ਕਰਾਂਗੇ, ਅਸੀਂ ਤਾਂ ਦੇਸ਼ ਭਗਤਾਂ, ਇਹਨਾਂ ਖਾਤਰ ਸਭ ਕੁਛ ਆ, ਆਪ ਦੀਆਂ ਸ਼ਹਾਦਤਾਂ ਦਿੱਤੀਆਂ ਹੈ, ਇੱਕ ਮੁੱਖ ਮੰਤਰੀ ਹੋ ਕੇ ਆਪਣੇ ਆਪ ਨੂੰ ਇਸ ਦੇਸ਼ ਲਈ ਕੁਰਬਾਨ ਕੀਤਾ ਹੈ, ਇੱਕ ਦੇਸ਼ ਲਈ ਲੱਗੇ ਹੋਏ ਆ। ਪਰ ਮੈਨੂੰ ਅੱਜ ਇਸ ਗੱਲ ਦੀ ਸਮਝ ਨਹੀਂ ਆਈ, ਮੈਂ ਤਿੰਨ ਦਿਨ ਦਾ ਦੇਖ ਰਿਹਾ, ਇੱਕ ਵੀ ਜਿਹੜੇ ਖਾਲਿਸਤਾਨੀ ਦੀ ਗੱਲ ਮਦਦ ਕਰਦੇ ਆ, ਜਿਹੜੇ ਅੰਮ੍ਰਿਤਪਾਲ ਐਂਡ ਕੰਪਨੀ ਦੀ ਮਦਦ ਕਰਦੇ ਆ, ਜਿਹੜੇ ਪੰਨੋ ਦੀ ਗੱਲ ਕਰਦੇ ਆ, ਜਿਹੜੇ ਬਾਹਰ ਬੈਠੇ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਬਾਹਰ ਵੀ ਬੈਠ ਕੇ ਇਹਨਾਂ ਦੀ ਮਦਦ ਕਰਦੇ ਆ ਨਾ, ਜਦੋਂ ਇੱਕ ਵੀ ਕੋਈ ਪੁਲਿਸ ਵਾਲਾ ਫੌਜ ਵਾਲਾ ਇਹਨਾਂ ਨੂੰ ਚੱਕ ਲਵੇ, ਗਲਤ ਕੰਮ ਕਰਦੇ ਆ, ਇਹਨੂੰ ਇੱਕ ਨਹੀਂ ਬੋਲਿਆ। ਇਹ ਸਿੱਖ ਨਹੀਂ ਗਏ, ਇਹ ਪੰਜਾਬ ਦੇ ਪਿੰਡਾਂ ਦੇ ਨਹੀਂ ਗੇ, ਹਰ ਪਿੰਡ 'ਚ ਮੈਂ ਸਮਝਦਾ ਕੋਈ ਐਸਾ ਪਿੰਡ ਨਹੀਂ ਗਾ ਜਿੱਥੋਂ ਸਾਡੇ ਕਿਤੇ 20 ਕਿਤੇ 30 ਕਿਤੇ 50 ਕਿਤੇ 100 ਸਾਡੇ ਫੌਜ 'ਚ ਭਰਤੀ ਨਾ ਹੋਣ।